ਉਹਨਾਂ ਦੇ ਦਿਲਾਂ ਨੂੰ ਜਿੱਤਿਆ ਹੈ। ਅੱਜ ਦੇ ਜ਼ਮਾਨੇ 'ਚ ਕਿਸੇ ਦੇ ਦਿਲ 'ਚ ਛੋਟੀ ਜਿਹੀ ਜਗ੍ਹਾ ਬਣਾਉਣੀ ਬੜੀ ਵੱਡੀ ਗੱਲ ਆ, ਫਿਰ ਏਡੀ ਵੱਡੀ ਦੁਨੀਆ ਦੇ ਹਰ ਦਿਲ ਦੇ ਵਿੱਚ ਰਾਜ ਕਰਨਾ ਹੋਵੇ ਤੇ ਕਹਿੰਦੇ ਵੀ ਉਸ ਨੂੰ ਰਾਜ ਭਾਗ ਜਿਹੜਾ ਪਰਮਾਤਮਾ ਨੇ। ਪੰਜਾਬੀ ਗਾਇਕੀ ਦਾ ਮਾਣ ਗੁਰਦਾਸ ਮਾਨ। ਇਸ ਵਾਰ ਪਵਿੱਤਰ ਸਰਦਮੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ 40 ਮੁਕਤਿਆਂ ਦੇ ਵਿਦਾਵੇ ਪਾੜ ਕੇ ਉਹਨਾਂ ਨੂੰ ਮੁਕਤ ਕਰਨ ਵਾਲੇ ਉਸ ਪਾਕ ਪਵਿੱਤਰ ਸਰਦਮੀ ਦੇ ਸਾਰੇ ਪਾਕ ਪਵਿੱਤਰ ਪੂਜਣਯੋਗ ਸਥਾਨਾਂ ਨੂੰ ਪ੍ਰਣਾਮ ਕਰਦੇ ਹੋਏ, ਕੋਟੀ ਕੋਟੀ ਪ੍ਰਣਾਮ ਕਰਦੇ ਹੋਏ ਆਏ ਹੋਏ ਮੁਅੱਜ਼ਜ਼ ਮਹਿਮਾਨਾਂ ਨੂੰ ਤਸ਼ਰੀਫ ਫਰਮਾ ਆਪਣੇ ਆਪਣੇ ਇਲਾਕੇ ਦੇ ਮੁਅੱਜ਼ਜ਼ ਹਸਤੀਆਂ ਨੂੰ ਬਹੁਤ ਬਹੁਤ ਪ੍ਰਣਾਮ ਕਰਦੇ ਹੋਏ, ਇਸ ਇਲਾਕੇ ਦੀ ਐਡਮਿਨਿਸਟ੍ਰੇਸ਼ਨ ਨੂੰ ਬਹੁਤ ਸਤਿਕਾਰ ਕਰਦੇ ਹੋਏ ਸ਼ੁਰੂ ਕਰਦੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਨਾਮ ਤੋਂ। ਆਗਿਆ ਜੀ ਬਾਬਿਓ, ਆਗਿਆ ਭਈਆ ਕਾਲ ਜੀ। Thank you.
कोशिश करो कि ये गर्मी दूर हो जानी क्योंकि ब्लड सर्कुलेशन का सब तो बड़ा पॉइंट हाथों के ही है और जोड़े एक्यूप्रैशर करने वाले बंदे ना ज़्यादातर ये और ताड़ी के ना अपने हाथ हो जाए एक जोश भी होंगे और सब का सत्कार करते हुए एक बार फिर ऐ लगता जब कि विह आए होने क्योंकि टेबल इस तरह के विहवों के नजर आने खास इंतजाम थोड़े वास्ते जीते गए पर ऑडियंस जिनी नेड़े होवे जिनी करीब होवे उन्हें चंगा लगता पिछलियां नूं मेरा ख्याल देखण दे विच शायद बहुत ही दिक्कत लाइट ठीक है तेरे हिसाब नाल ठीक है बाकी ठीक है रब सब राजी रखे चढ़दी कला विच रखे इज्जत मान बख्शे जिस जगह ते मैं इस वेले खड़ा हां इस कॉलेज दे विच मैं नौकरी कीती है थोड़ी देर लई ਗਿੱਦੜ ਬਹਾ ਤੋਂ ਮੈਂ ਆਉਂਦਾ ਹੁੰਦਾ ਸੀ ਬੱਸ ਫੜ ਕੇ ਤੇ ਬੱਸ ਫੜ ਕੇ ਜਾਂਦਾ ਸੀ ਅੱਜ ਮੈਂ ਪਿਆਰ ਫੜ ਕੇ ਆਇਆ ਜੀ ਔਰ ਪੈਰ ਫੜ ਕੇ ਜਾਊਂਗਾ ਉਹਨਾਂ ਪਿਆਰਿਆਂ ਦੇ ਉਹਨਾਂ ਸਤਿਕਾਰ ਯੋਗ ਹਸਤੀਆਂ ਦੇ ਜਿਨ੍ਹਾਂ ਦੇ ਨਾਲ ਮੈਂ ਇਸ ਕਾਲਜ ਦੇ ਵਿੱਚ ਰਿਹਾ ਉਸ ਵੇਲੇ ਦੇ ਸਟੂਡੈਂਟਸ ਹੁਣ ਤਾਂ ਵੱਡੇ ਵੱਡੇ ਹੋ ਗਏ ਹੋਣਗੇ ਆਪਣੀ ਆਪਣੀ ਜਗ੍ਹਾ 'ਤੇ ਅਫਸਰ ਲੱਗੇ ਹੋਣਗੇ